ਦਰਬਾਰ ਸਾਹਿਬ ਇੰਨਾ ਪਵਿੱਤਰ ਜਗ੍ਹਾ ਹੈ, ਉਸ ਟਾਈਮ ਗੁਰੂ ਸਾਹਿਬ ਕਿਸੇ ਅੰਮ੍ਰਿਤਧਾਰੀ ਸਿੱਖ ਤੋਂ ਇਹਦਾ ਨਹੀਂ ਪੱਥਰ ਖਾ ਸਕਦੇ, ਪਰ ਨਹੀਂ ਉਹਨੂੰ ਬੇਵਕੂਫ ਨੂੰ ਇਹ ਨਹੀਂ ਪਤਾ ਵੀ ਉਹਨੂੰ ਅੰਮ੍ਰਿਤਧਾਰੀ ਸਿੰਘ ਹੈ ਹੀ ਨਹੀਂ ਸੀਗੇ। ਸੁਖਬੀਰ ਤੋਂ ਬਾਦਲ ਆ ਇਹਦਾ ਸਾਲਾ, ਇਹਦੀਆਂ ਬੇਵਕੂਫੀਆਂ ਕਰਕੇ, ਇਹਨਾਂ ਦੀਆਂ ਗਲਤੀਆਂ ਕਰਕੇ, ਲੁੱਟ ਖਸੁੱਟ ਕਰਕੇ, ਆ ਜਿੰਨਾ ਅਖਬਾਰਾਂ ਦੇ ਵਿੱਚ ਰੋਜ਼ ਮਾਫੀਆ ਕਰਦਾ ਵਾ, ਉਹ ਕਰਦਾ ਫਲਾਨ ਕਰ ਲਿਆ ਲੁੱਟ, ਇਹਦਾ ਕਰਕੇ ਇਹ ਆਪਾਂ ਹਾਰੇ ਹਾਂ। ਅਤੇ ਬਾਦਲ ਸਾਹਿਬ ਮੈਨੂੰ ਕਹਿੰਦੇ ਫਿਰ ਦੱਸੋ ਆ ਸੁਖਬੀਰ ਤੁਹਾਡਾ ਲੜਕਾ ਵਾ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਇੱਕ ਵਾਰ ਫੇਰ ਆਪਣੀ ਫਿਸਲੀ ਜ਼ੁਬਾਨ ਨੂੰ ਲੈ ਕੇ ਸੁਰਖੀਆਂ ਵਿੱਚ ਆ ਗਏ ਨੇ, ਤੇ ਇਸੇ ਨੂੰ ਲੈ ਕੇ ਹੀ ਹੁਣ ਸੁਖਬੀਰ ਬਾਦਲ ਵਿਰੋਧੀਆਂ ਦੇ ਨਿਸ਼ਾਨੇ ਤੇ ਨੇ। ਆਖਿਰਕਾਰ ਕੀ ਹੈ ਉਹ ਵੀਡੀਓ, ਸਭ ਤੋਂ ਪਹਿਲਾਂ ਦਿਖਾਉਂਦੇ ਹਾਂ ਤੁਹਾਨੂੰ ਉਹ ਵਾਇਰਲ ਹੋ ਰਹੀ ਵੀਡੀਓ। ਗੁਰੂ ਸਾਡੇ ਗੁਰੂ ਸਾਹਿਬਾਨ ਨੇ ਸਰਬੱਤ ਦੇ ਭਲੇ ਦੀ ਗੱਲ ਸਾਨੂੰ ਸਿਖਾਈ ਹੈ। ਦੇਖੋ ਦਰਬਾਰ ਸਾਹਿਬ ਇੰਨਾ ਪਵਿੱਤਰ ਜਗ੍ਹਾ ਹੈ, ਉਸ ਟਾਈਮ ਗੁਰੂ ਸਾਹਿਬ ਕਿਸੇ ਅੰਮ੍ਰਿਤਧਾਰੀ ਸਿੱਖ ਤੋਂ ਇਹਦਾ ਨੀਂਹ ਪੱਥਰ ਖਾ ਸਕਦੇ, ਪਰ ਨਹੀਂ ਇੱਕ ਮੁਸਲਮਾਨ ਮੀਆਂ ਮੀਰ ਤੋਂ ਉਹਨਾਂ ਨੇ ਨੀਂਹ ਪੱਥਰ ਖਾਇਆ। ਕਿਉਂ? ਕਿਉਂਕਿ ਸਰਬ ਸਾਂਝੀ ਵਾਲਤਾ ਬਾਰੇ ਅਸੀਂ ਸਾਰੇ ਧਰਮਾਂ ਦੇ, ਮੈਂ ਉਹੀ ਕਹਿੰਦਾ ਅਸੀਂ ਕਿਉਂ ਹੱਕ, ਅਸੀਂ ਸੀਏ ਦੇ ਹੱਕ 'ਚ ਹੈ। ਅਸੀਂ ਵੋਟ ਤਾਂ ਪਾਈ ਕਿਉਂਕਿ ਹਿੰਦੂ ਮੁਸਲਿਮ ਹਿੰਦੂ ਕ੍ਰਿਸਚਨ ਜੈਨੀ ਜਿਹੜੇ ਪਿਛਲੇ ਇੰਨੇ ਸਾਲਾਂ ਤੋਂ ਜਿਨ੍ਹਾਂ ਨੂੰ ਸਿਟੀਜ਼ਨਸ਼ਿਪ ਇੱਥੇ ਆਏ ਸੀ, ਉਹਨਾਂ ਨੂੰ ਪਰਸੀਕਿਊਸ਼ਨ ਹੋਈ ਸੀ, ਉਹਨਾਂ ਨੂੰ ਹੱਕ ਮਿਲ ਰਹੇ ਸੀ, ਅਸੀਂ ਉਹਨਾਂ ਦੀ ਲੜਾਈ ਲੜੀ ਹੈ। ਪਰ ਅਸੀਂ ਉਦੋਂ ਉਸੇ ਸਟੇਜ 'ਤੇ ਮੈਂ ਪਾਰਲੀਮੈਂਟ 'ਚ ਵੀ ਆਈ ਕਿਹਾ ਸੀ ਕਿ ਸ਼੍ਰੋਮਣੀ ਅਕਾਲੀ ਦਲ ਗੁਰੂਆਂ ਦੇ ਸਿਧਾਂਤਾਂ 'ਤੇ ਚੱਲਣ ਵਾਲੀ ਪਾਰਟੀ ਹੈ, ਸਾਡੇ ਗੁਰੂ ਸਾਹਿਬਾਨ ਨੇ ਸਰਬੱਤ ਦੇ ਭਲੇ ਦੀ ਗੱਲ ਕੀਤੀ ਹੈ। ਉਧਰ ਸੁਖਬੀਰ ਬਾਦਲ ਦੀ ਇਹ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਣ ਤੋਂ ਬਾਅਦ ਟਕਸਾਲੀਆਂ ਨੂੰ ਸੁਖਬੀਰ ਬਾਦਲ ਤੇ ਨਿਸ਼ਾਨੇ ਬਿੰਨਣ ਦਾ ਮੌਕਾ ਮਿਲ ਗਿਆ। ਟਕਸਾਲੀਆਂ ਦਾ ਕਹਿਣਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਜੋ ਕੱਲ ਦਾ ਛੋਕਰਾ ਹੈ, ਜਿਸ ਨੂੰ ਪ੍ਰਧਾਨ ਤਾਂ ਬਣਾ ਦਿੱਤਾ ਗਿਆ ਪਰ ਉਸਨੂੰ ਇਤਿਹਾਸ ਬਾਰੇ ਕੋਈ ਗਿਆਨ ਨਹੀਂ ਹੈ। ਚਾਹੁੰਦੇ ਹਾਂ ਕਿ ਮੀਡੀਆ ਦੇ ਅੱਜ ਕੱਲ੍ਹ ਜੋ ਵੀ ਮੀਡੀਆ ਦਾ ਵਾ, ਇਹ ਆਪਣੀ ਗੱਲ ਜਿਹੜੀ ਜੇ ਪਹੁੰਚਾਈ ਇਹਨਾਂ ਤੇ ਲੋਕਾਂ ਕੋਲ ਜਾਂਦੀ ਭੁਲੇਖੇ ਪੈ ਜਾਂਦੇ ਆ। ਇੱਕ ਸਾਡੇ ਬਾਰੇ ਇਹ ਆ, ਸ਼ੇਖਵਾਂ ਸਾਹਿਬ, ਮੈਂ, ਹੋਰ ਵੀ ਸਾਡੇ ਸਾਥੀ ਜਿੰਨੇ ਸਾਰੇ ਨੇ, ਇਹਨਾਂ ਬਾਰੇ ਇਹ ਆ ਵੀ ਤੁਸੀਂ ਜੋ ਸਰਕਾਰ 'ਚ ਆ ਉਦੋਂ ਨਹੀਂ ਬੋਲੇ ਆਉਂਦੇ ਆ, ਪਰ ਅਸੀਂ ਇਮਾਨਦਾਰੀ ਨਾਲ ਤੁਹਾਨੂੰ ਇਹ ਕਹਿੰਦੇ ਹਾਂ ਵੀ ਅਸੀਂ ਬੋਲਦੇ ਨਹੀਂ ਰਹੇ, ਅਸੀਂ ਉਹਨਾਂ ਦੇ ਗੋਡਿਆਂ ਦੇ ਪੈਰਾਂ ਨੂੰ ਹੱਥ ਬਾਦਲ ਸਾਹਿਬ ਨੂੰ ਲਾ ਕੇ ਕਹਿੰਦੇ ਰਹੇ ਹਾਂ। ਬੇੜਾ ਗਰਕ ਕਰਤਾ, ਅਕਾਲੀ ਦਲ ਦਾ ਬੇੜਾ ਗਰਕ ਕਰਤਾ। ਜਦੋਂ 2017 'ਚ ਅਸੈਂਬਲੀ ਦੀ ਇਲੈਕਸ਼ਨ ਹੋਈ ਆ ਅਤੇ ਪਹਿਲੀ ਜਿਹੜੀ ਮੀਟਿੰਗ ਹੋਈ ਆ ਉਹਦੇ 'ਚ ਸੁਖਬੀਰ ਸਿੰਘ ਬਾਦਲ ਉੱਠ ਕੇ ਲੱਗਾ ਅਤੇ ਮੈਂ ਉੱਠ ਕੇ ਗੱਲ ਕਹੀ, ਅੱਜ ਕੋਈ ਕੰਮ ਨਾ ਹੋਰ ਕਰੋ, ਅੱਜ ਇਹੋ ਕੰਮ ਕਰੋ ਕਿ ਆਪਾਂ ਨੂੰ ਜਿਹੜਾ ਅਨੈਲਿਸਿਸ ਕਰੋ ਵੀ ਆਪਾਂ ਇੰਨੀ ਬੁਰੀ ਤਰ੍ਹਾਂ ਬੇਸ਼ਰਮੀ ਅਤੇ ਬੇਜਾਈ ਨਾਲ ਕਿੱਥੇ ਨਾ ਹਾਰੇ ਹਾਂ। ਅਤੇ ਬਾਦਲ ਸਾਹਿਬ ਨੇ ਮੈਨੂੰ, ਬਾਦਲ ਸਾਹਿਬ ਜਿਉਂਦੇ ਆ ਜੇ ਪੁੱਛਿਓ, ਮੇਰਾ ਨਹੀਂ ਖਿਆਲ ਮੁੱਕਰਨ ਗਿਓ, ਬਾਦਲ ਸਾਹਿਬ ਮੈਨੂੰ ਕਹਿੰਦਾ ਤੁਸੀਂ ਦੱਸੋ। ਅਤੇ ਮੈਂ ਉੱਥੇ ਉਹਨਾਂ ਨੂੰ ਫਿਰ ਆਖਿਆ ਵੀ ਬਾਦਲ ਸਾਹਿਬ ਇਹ ਜਿਹੜੇ ਆਹ ਜਿਹੜੇ ਸੁਖਬੀਰ ਤੋਂ ਬਾਦਲ ਆ ਇਹਦਾ ਸਾਲਾ, ਇਹਦੀਆਂ ਬੇਵਕੂਫੀਆਂ ਕਰਕੇ, ਇਹਨਾਂ ਦੀਆਂ ਗਲਤੀਆਂ ਕਰਕੇ, ਲੁੱਟ ਖਸੁੱਟ ਕਰਕੇ, ਆ ਜਿੰਨਾ ਅਖਬਾਰਾਂ ਦੇ ਵਿੱਚ ਰੋਜ਼ ਮਾਫੀਆ ਕਰਦਾ ਵਾ, ਉਹ ਕਰਦਾ ਫਲਾਨ ਕਰ ਲਿਆ ਲੁੱਟ, ਇਹਦਾ ਕਰਕੇ ਇਹ ਆਪਾਂ ਹਾਰੇ ਹਾਂ। ਅਤੇ ਬਾਦਲ ਸਾਹਿਬ ਮੈਨੂੰ ਕਹਿੰਦੇ ਫਿਰ ਦੱਸੋ। ਮੈਂ ਕਿਹਾ ਜੀ ਮੈਂ ਕੀ ਦੱਸਣ, ਤੁਸੀਂ ਦੱਸੋ। ਕਹਿੰਦੇ ਨਹੀਂ ਤੁਸੀਂ ਦੱਸੋ, ਤੁਸੀਂ ਬੜੇ ਸਿਆਣੇ। ਮੈਂ ਕਿਹਾ ਜੀ ਫਿਰ ਇਹ ਆ ਵੀ ਆਹ ਸੁਖਬੀਰ ਤੁਹਾਡਾ ਲੜਕਾ ਵਾ, ਪਾਰਟੀ ਦਾ ਪ੍ਰਧਾਨ, ਇਹਨੂੰ ਕੁਛ ਨਹੀਂ ਖਾ ਲਵੇ। ਜੇ ਗੱਲ ਨਾ ਕਹੀ ਹੋਵੇ, 100% ਸੱਚੀ ਨਾ ਹੋਵੇ, ਤੁਸੀਂ ਸਾਨੂੰ ਕਹਿ ਸਕਦੇ ਹਾਂ ਵੀ ਇਹ ਚੁੱਪ ਕਰਕੇ ਬੈਠੇ ਰਹੇ। 100% ਉਹਨਾਂ ਦੇ ਮੂੰਹ ਦੇ ਉੱਤੇ ਆਖਿਆ, ਕੋਰ ਕਮੇਟੀ ਦੀ ਮੀਟਿੰਗ ਦੇ ਵਿੱਚ ਆਖਿਆ, ਪਹਿਲਾਂ ਵੀ ਆਉਂਦੇ ਰਹੇ ਹਾਂ ਅਤੇ ਜਦੋਂ ਫਿਰ ਹੁਣ ਵੀ ਆਖਿਆ, ਅਤੇ ਫਿਰ ਬਾਅਦ ਵਿੱਚ ਜਦੋਂ ਬਿਲਕੁਲ ਪਾਣੀ ਸਿਰਾਂ ਤੋਂ ਲੰਘ ਗਿਆ ਅਤੇ ਉਹ ਸਾਰਾ, ਹਾਂ, ਟੀਸਾ ਸਾਹਿਬ ਹੋਰਾਂ ਨੇ ਸਮਰਥਨ ਕੀਤਾ ਸੀ, ਟੀਸਾ ਸਾਹਿਬ ਹੋਰਾਂ ਨੇ ਸੈਕੰਡ ਕੀਤਾ ਸੀ, ਇਹਨਾਂ ਨੇ ਵੀ ਕੀਤਾ, ਸਮਰਥਨ ਕੀਤਾ ਸੀ। ਉੱਠ ਕੇ ਮੈਂ ਹੀ ਪਹਿਲੀ ਗੱਲ ਕੀਤੀ ਆ, ਲੇਕਿਨ ਇਹਨਾਂ ਸਾਰਿਆਂ ਨੇ, ਬਹੁਤ ਲੋਕ ਐਸੇ ਸੀ ਜਿਹੜੇ ਮੁੜ ਕੇ ਉੱਥੇ ਪਾਣੀ ਧਿਆਨੀ ਪਿਆਉਣ 'ਚ ਲੱਗ ਗਏ ਅਤੇ ਉਹ ਕਈ, ਉਹ ਅਗਲੀ ਗੱਲ ਨਹੀਂ ਮੈਂ ਦੱਸ ਰਹੀ ਕੀ ਹੋਇਆ ਉੱਥੇ, ਪਰ ਇੰਨੀ ਗੱਲ ਜ਼ਰੂਰ ਆ, ਅਗਲੀ ਅਗਲੀ ਅੱਗੇ
ਅਗਲੀ ਨਹੀਂ ਅਗਲੀ ਅਗਲੀ ਦਾ ਫਿਰ ਤੁਸੀਂ ਆਪੇ ਹਿਸਾਬ ਲੈ ਲਓ ਵੀ ਜਦੋਂ ਕਿਤੇ ਪਿਓ ਦੀ ਹਾਜ਼ਰੀ ਦੇ ਵਿੱਚ ਪੁੱਤ ਨੂੰ ਕਿਹਾ ਹੋਵੇ ਜਾਂ ਪੁੱਤ ਦੀ ਹਾਜ਼ਰੀ 'ਚ ਪਿਓ ਨੂੰ ਕਿਹਾ ਹੋਵੇ ਤਾਂ ਫਿਰ ਕੀ ਹੁੰਦਾ ਵਾ, ਫਿਰ ਤਾਂ ਇਹ ਰੱਬ ਜਾਣਦਾ ਕੀ ਹੋਇਆ। ਫਿਰ ਮੇਰਾ ਮਤਲਬ ਇਹ ਆ ਅਸੀਂ 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 ਬਿਲਕੁਲ ਤੁਹਾਨੂੰ ਇਹ ਬਿਲਕੁਲ ਤੁਸੀਂ ਮੰਨ ਲਓ ਗੱਲ ਬਈ ਅਸੀਂ ਅਗਲੀ ਗੱਲ ਫਿਰ ਇਹ ਆ ਬਈ ਦੱਸ ਦਿੰਦੇ ਹਾਂ ਐਡੇ ਐਡੇ ਗਰੇਡੂ ਜਿਹੜੇ ਆ ਪ੍ਰਧਾਨ ਨੇ ਸੁੱਟੇ ਐਡੇ ਮੋਟੇ ਮੋਟੇ ਅਥਰੂ ਸੁਖਬੀਰ ਸਿੰਘ ਬਾਦਲ ਭੁੱਬਾ ਮਾਰ ਕੇ ਰੋਣ ਲੱਗ ਪਿਆ। ਮੇਰਾ ਮਤਲਬ ਇਹ ਆ ਬਈ ਸਾਡਾ ਜਿਹੜਾ ਸਾਨੂੰ ਆਖੀ ਜਾਂਦੇ ਆ ਉਹ ਅਸੀਂ ਅਸੀਂ ਤੇ 60 ਸਾਲ ਹੋ ਗਏ। ਪਹਿਲੀ ਜਿਹੜੀ ਜਾਇਦ ਮੈਂ ਕੱਟੀ ਆ ਪ੍ਰਤਾਪ ਸਿੰਘ ਕਰਨ ਦੀ ਕੱਟੀ 60 ਸਾਲ ਹੋ ਗਿਆ। ਅਸੀਂ ਮਰ ਗਏ ਜੇਲ੍ਹਾਂ ਦੇ ਵਿੱਚ, ਕਦੀ ਮੁੰਬਈ ਅਤੇ ਕਦੀ ਕਲਕੱਤੇ ਅਤੇ ਕਦੀ ਸੈਲਮ, ਉਹ ਬਾਹਰਲੀਆਂ ਜੇਬਾਂ ਦੁਨੀਆਂ ਦੀਆਂ ਕੋਈ ਛੱਡੀਆਂ ਨਹੀਂ ਅਤੇ ਸਾਰੀ ਉਮਰ ਮਰ ਗਏ। ਅਤੇ ਅੱਜ ਅਸੀਂ ਅੱਜ ਇਸ ਤਰ੍ਹਾਂ ਆਖੀ ਜਾਂਦੇ ਆ ਜੀ ਇਹ ਭਗੌੜੇ ਆ, ਇਹਨਾਂ ਨੂੰ ਕੌਣ ਪੁੱਛਦਾ, ਲੈ ਸਾਨੂੰ ਕੌਣ ਪੁੱਛਦਾ, ਕੋਈ ਨਾ ਪੁੱਛੇ। ਅਸੀਂ ਗਰੀਬ ਆਦਮੀ ਹਾਂ ਪਰ ਅਸੀਂ ਗੱਲ ਤਾਂ ਹੱਕ ਸੱਚ ਦੀ ਕਰਦੇ ਹਾਂ ਨਾ। ਅਸੀਂ ਪ੍ਰਤਾਪ ਸਿੰਘ ਦੇ ਵੇਲੇ ਵੀ ਜਹਿਦਰ ਤੁਰ ਦੀ ਇਲੈਕਸ਼ਨ ਹੋਈ ਉਦੋਂ ਵੀ ਡਟ ਕੇ ਮੁਖਾਲਫਤ ਕੀਤੀ ਸੀ ਔਰ ਉਦੋਂ ਵੀ ਕੈਦ ਕੱਟੀ। ਉਸ ਤੋਂ ਬਾਅਦ ਤਾਂ ਪਤਾ ਹੀ ਨਹੀਂ ਕਿੰਨੀਆਂ ਕਿੱਦਾਂ ਕੱਟੀ। ਅੱਜ ਇਹ ਬੰਦੇ ਆ ਗਏ ਆ ਅਤੇ ਤੁਹਾਡੇ ਸਾਹਮਣੇ ਸਭ ਕੁਛ, ਸੋ ਕਿਰਪਾ ਕਰਕੇ। ਹਾਂਜੀ ਨਹੀਂ ਬਾਦਲ ਸਾਹਿਬ ਦੀ ਸਾਡੇ ਨਹੀਂ ਨਹੀਂ ਜ਼ਿਆਦੀ ਆ ਪਰ ਦੋ ਨੰਬਰ ਤੇ ਮੇਰੀ ਆ। ਮੈਂ ਕਲੇਮ ਕਰਨਾ ਵੀ ਸੁਖਬੀਰ ਸਿੰਘ ਬਾਦਲ ਆਪਣੇ ਬਾਪ ਦਾ ਵੀ ਖਾਤਾ ਲਾਇਆ ਵੀ ਮੈਂ ਵੀ ਲੈ ਆਉਣਾ। ਮੇਰੇ ਬਾਪ ਦੀ ਜੇਲ੍ਹ ਜਿਹੜੀ ਆ ਪ੍ਰਕਾਸ਼ ਸਿੰਘ ਬਾਦਲ ਨੂੰ ਵਧਿਆ ਅਤੇ ਮੇਰੀ ਸੁਖਬੀਰ ਨੂੰ ਵਧਿਆ। ਉਹਦੀ ਤਾਂ ਹੈ ਨਹੀਂ, ਉਹ ਤਾਂ ਗਿਆ ਹੀ ਨਹੀਂ ਜੇਲ੍ਹ ਦੇ ਵਿੱਚ। ਮੇਰੀ ਤੁਸੀਂ ਇੰਟਰਵਿਊ ਸਾਰਿਆਂ ਸੁਣ ਲਈ ਹੋਣੀ ਹੈ ਜਗਬਾਣੀ ਟੀਵੀ ਨੇ ਜਿਹੜੀ ਕੀਤੀ ਆ। ਮੈਂ ਤਾਂ ਉਹਦੇ 'ਚ ਬੜਾ ਸਪਸ਼ਟ ਕਹਿ ਦਿੱਤਾ ਸੀ ਕਿ ਇਹਨੂੰ ਧਰਮ ਬਾਰੇ ਜਾਣਕਾਰੀ ਕੋਈ ਨਹੀਂ, ਇਹਨੂੰ ਮਰਿਆਦਾ ਬਾਰੇ ਜਾਣਕਾਰੀ ਕੋਈ ਨਹੀਂ ਅਤੇ ਉਹ ਸਾਬਤ ਹੋ ਗਿਆ ਕਿ ਉਹਨੂੰ ਇੰਨਾ ਵੀ ਨਹੀਂ ਪਤਾ ਵੀ ਅੰਮ੍ਰਿਤਧਾਰੀ ਸਿੰਘ ਕਦੋਂ ਬਣਿਆ। ਆਪਣੇ ਉਹਨਾਂ ਦੇ ਸਾਥੀ ਨਾਲ ਹੈ, ਉਹਨਾਂ ਨੇ ਆਪਣੀ ਸਿਰਾਮਣੀ ਸ਼ੁਰੂ ਕੀਤੀ ਹੋਈ ਹੈ। ਕੀ ਤੁਸੀਂ ਹੁਣ ਇੱਕ ਦਲ ਬਣਾਉਣ ਦਾ ਹੈ ਕੋਈ ਤੁਹਾਡਾ ਕਿਦੋਂ ਦਾ? ਨਹੀਂ ਜੀ, ਅਸੀਂ ਤੇ ਅਸੀਂ ਤੇ ਏਕਤਾ ਚਾਹੁੰਦੇ ਹਾਂ ਔਰ ਏਕਤਾ ਤੋਂ ਬਿਨਾਂ ਗੁਜ਼ਾਰਾ ਨਹੀਂ ਗਾ। ਢੀਲ ਸਰ ਸਾਹਿਬ ਹੁਣੇ ਹੀ ਅਜੇ ਆਏ ਹਾਂ, ਅਸੀਂ ਇੱਕ ਦੋ ਥਾਈਂ ਇਕੱਠੇ ਹੋ ਕੇ ਇਕੱਠੇ ਬੋਲੇ ਵੀ ਹਾਂ ਅਤੇ ਅਸੀਂ ਕੋਸ਼ਿਸ਼ ਕਰਾਂਗੇ ਵੀ ਅਸੀਂ ਇੱਕ ਥਾਂ ਹੋ ਕੇ ਇੱਕ ਬੋਲੀ, ਇੱਕ ਸਾਡਾ ਪ੍ਰਧਾਨ ਹੋਵੇ, ਇੱਕ ਸਾਡੀ ਪਾਰਟੀ ਹੋਵੇ, ਇਹ ਸਾਰੀਆਂ ਗੱਲਾਂ ਟਾਈਮ ਨਾਲ ਜਿਹੜੀਆਂ ਉਹ ਹੋਣਗੀਆਂ, ਇਹ ਅਸੀਂ ਚਾਹੁੰਦੇ ਹਾਂ ਸਾਰੇ। ਨਹੀਂ ਨਹੀਂ ਇਹਦੇ ਲਈ ਕੋਈ ਹੁਣ ਕੋਈ ਖਾਕਾ ਲਿਖਿਆ ਤੁਸੀਂ ਵੀ, ਕਿਉਂਕਿ ਹੁਣ ਉਹ ਤਾਂ ਖੁੱਲਿਆ, ਉਹ ਵੀ ਆ ਚੁੱਕਿਆ, ਤੁਸੀਂ ਵੀ ਆ ਚੁੱਕੇ, ਹੁਣ ਕੋਈ ਗੱਲ ਤਾਂ ਹੈ ਨਹੀਂ ਹੋ ਰਹੀ। ਨਹੀਂ ਨਹੀਂ ਆਹ ਅਸੀਂ ਆਪੋ ਵਿੱਚ ਮਿਲਦੇ ਹਾਂ, ਗੱਲਾਂ ਬਾਤਾਂ ਅਸੀਂ ਰੋਜ਼ ਕਰਦੇ ਹਾਂ ਪਰ ਉਹ ਜਿਹੜਾ ਫਾਈਨਲ ਕੋਈ ਡਿਸੀਜਨ ਜਦੋਂ ਆਊਗਾ ਅਸੀਂ ਕਰਾਂਗੇ, ਤੁਹਾਨੂੰ ਫਿਰ ਦੱਸਾਂਗੇ। ਸਾਡੀ ਮੇਰੀ ਤੇ ਡਾਕਟਰ ਸਾਹਿਬ ਦੀ ਡਿਊਟੀ ਲਾਈ ਸੀ, ਸਾਰਿਆਂ ਦੀ ਕੋਸ਼ਿਸ਼ ਇਹ ਹੋਈ ਆ ਭਈ ਅਸੀਂ ਇਕੱਠੇ ਹੋ ਕੇ ਚੱਲਾਂਗੇ ਤੇ ਤਗੜੇ ਹੋ ਕੇ ਜਿਹੜੀ ਅਸੀਂ ਆਪਣੀ ਸੋਚ ਆ ਉਹ ਲੋਕਾਂ ਤੱਕ ਪਹੁੰਚਾਵਾਂਗੇ। ਤੇ ਇਹ ਜਿਹੜਾ ਅਕਾਲੀ ਦਲ ਦਾ ਜਿਹੜਾ ਪ੍ਰਧਾਨ ਸੁਖਬੀਰ ਆ, ਆ ਅੱਜ ਹੀ ਖੁਣੀ ਕਿ ਕੱਲ੍ਹ ਕੋਈ ਉੱਥੇ ਇੱਕ ਉਹਨੇ ਬੇਵਕੂਫੀ ਕੀਤੀ ਪ੍ਰੈਸ ਕਾਨਫਰੰਸ, ਉਹ ਕਹਿੰਦਾ ਬਈ ਇਹ ਜਿਹੜਾ ਮੀਆਂ ਮੀਰ ਤੋਂ ਜੋ ਗੁਰੂਆਂ ਨੇ ਨੀਂਹ ਪੱਥਰ ਉੱਥੇ ਸਾਰਾ ਰਖਾਇਆ ਅਤੇ ਕਿਸੇ ਅੰਮ੍ਰਿਤਧਾਰੀ ਸਿੰਘ ਕਿਉਂ ਨਹੀਂ ਰਖਾਇਆ? ਉਹਨੂੰ ਬੇਵਕੂਫ ਨੂੰ ਇਹ ਨਹੀਂ ਪਤਾ ਵੀ ਉਦੋਂ ਅੰਮ੍ਰਿਤਧਾਰੀ ਸਿੰਘ ਹੈ ਹੀ ਨਹੀਂ ਸੀਗੇ, ਇਹ ਤਾਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਆਣ ਕੇ ਪੰਥ ਸਾਜਿਆ। ਉਹਨੂੰ ਪਤਾ ਪੁਤਾ ਕੋਈ ਨਹੀਂ, ਉਹ ਜੋ ਇਸ ਤਰ੍ਹਾਂ ਕਰਦਾ ਉਹ ਨੇ ਬੱਠਾ ਤਾਂ ਬਹਿ ਗਿਆ ਨਾ। ਅਸੀਂ ਜਿਹੜਾ ਸੀਏ ਆ ਉਹਨੂੰ ਜਦੋਂ ਕਹਿੰਦੇ ਹਾਂ ਵੀ ਅਸੀਂ ਨਹੀਂ ਮੰਨਦੇ ਤਾਂ ਫਿਰ ਭਾਰਤੀ ਜਨਤਾ ਪਾਰਟੀ ਨੂੰ ਕਿਸ ਤਰ੍ਹਾਂ ਸਪੋਰਟ ਕਰਾਂਗੇ? ਅਸੀਂ ਤਾਂ ਮੁੱਦਾ ਹੀ ਖਤਮ ਕਰਤਾ ਨਾ। ਬਿਲਕੁਲ ਬਿਲਕੁਲ ਸਾਰੇ ਬੈਠੇ। ਤੁਸੀਂ ਦਿੱਲੀ ਦੇ ਸਿੱਖਾਂ ਨੂੰ ਕੀ ਕਹੋਗੇ ਕਿ ਚੋਣਾਂ ਕੀ ਕਰੋ? ਕਿਨੂੰ ਜੀ ਕਰਿਆ ਕਰੋ, ਸਾਨੂੰ ਰਹਿਤ ਦਿਓ ਬਈ ਅਸੀਂ ਹੱਕ ਸੱਚ ਦੀ ਖਾਤਰ ਖੜੋਤੇ ਹਾਂ।
ਕੋਈ ਇਹ ਨਹੀਂ ਵੀ ਬਾਦਲ ਸਾਹਿਬ ਸਾਡੀ ਗੱਲ ਨਹੀਂ ਮੰਨਦਾ ਯਾਰ ਹੁਣ ਇਹ ਗੱਲ ਛੱਡ ਵੀ ਲਿਓ ਅਜੇ ਵੀ ਲੇਟ ਆ ਅਸੀਂ ਤੁਰ ਕੇ ਲੈ ਕੇ ਲਿਆ ਵਾ ਅਸੀਂ ਛੱਡਿਆ ਹੀ ਆ ਕੁਝ ਨਾ ਕੁਝ ਨਹੀਂ ਅਸੀਂ ਕੀ ਪ੍ਰਾਪਤੀ ਕਰ ਲਈ ਆ ਛੱਡ ਕੇ ਇਹ ਕਹੋ ਵੀ ਕਿਸੇ ਨੇ ਕਦੀ ਤੇ ਕੁਰਬਾਨੀ ਕੀਤੀ ਆ ਕਿਸੇ ਨੇ ਕੀਤਾ ਆ ਕੁਝ ਖੈਰ ਤੁਹਾਨੂੰ ਦੱਸ ਦਈਏ ਕਿ ਸੁਖਬੀਰ ਬਾਦਲ ਜਦੋਂ ਅੰਮ੍ਰਿਤਸਰ ਗਏ ਸਨ ਤਾਂ ਪੱਤਰਕਾਰਾਂ ਨੇ ਸੁਖਬੀਰ ਬਾਦਲ ਨੂੰ CAA ਨਾਗਰਿਕਤਾ ਸੋਧ ਕਾਨੂੰਨ ਬਾਰੇ ਸਵਾਲ ਪੁੱਛਿਆ ਸੀ ਜਿਸ ਤੋਂ ਬਾਅਦ ਸੁਖਬੀਰ ਬਾਦਲ ਵੱਲੋਂ ਇਹ ਬਿਆਨ ਦਿੱਤਾ ਗਿਆ ਕਿ ਸਾਡੇ ਗੁਰੂ ਸਾਹਿਬਾਨਾਂ ਨੇ ਸਰਬੱਤ ਦੇ ਭਲੇ ਦੀ ਗੱਲ ਸਿਖਾਈ ਹੈ ਤੇ ਸਾਰੇ ਧਰਮ ਬਰਾਬਰ ਨੇ ਜਿਸ ਕਰਕੇ ਸਾਡੇ ਗੁਰੂ ਸਾਹਿਬਾਨ ਨੇ ਸ਼੍ਰੀ ਦਰਬਾਰ ਸਾਹਿਬ ਦੀ ਨੀਂਹ ਇੱਕ ਮੁਸਲਮਾਨ ਤੋਂ ਰਖਵਾਈ ਸੀ ਪਰ ਜ਼ੁਬਾਨ ਫਿਸਲਣ ਤੋਂ ਬਾਅਦ ਸੁਖਬੀਰ ਬਾਦਲ ਇਹ ਕਹਿ ਬੈਠੇ ਸਨ ਕਿ ਕਿਸੇ ਅੰਮ੍ਰਿਤਧਾਰੀ ਸਿੱਖ ਤੋਂ ਉਹਨਾਂ ਨੇ ਨੀਂਹ ਨਹੀਂ ਰਖਵਾਈ ਜਦਕਿ ਅੰਮ੍ਰਿਤ ਦੀ ਜੋ ਪਰੰਪਰਾ ਹੈ ਉਹ ਗੁਰੂ ਗੋਬਿੰਦ ਸਿੰਘ ਜੀ ਨੇ ਚਲਾਈ ਸੀ ਖੈਰ ਇੱਕ ਵਾਰ ਫੇਰ ਤੁਹਾਨੂੰ ਦੱਸ ਦਈਏ ਕਿ ਸੁਖਬੀਰ ਬਾਦਲ ਦੀ ਇਹ ਵੀਡੀਓ ਵਾਇਰਲ ਹੋਣ ਤੋਂ ਬਾਅਦ ਸੁਖਬੀਰ ਬਾਦਲ ਹੁਣ ਵਿਰੋਧੀਆਂ ਦੇ ਨਿਸ਼ਾਨੇ ਤੇ ਆ ਗਏ ਨੇ ਜਲੰਧਰ ਤੋਂ ਪੁਨੀਤ ਅਰੋੜਾ ਦੀ ਰਿਪੋਰਟ ਚੈਨਲ ਪੰਜਾਬ